ਜਿਹੜੇ ਕਰ ਯਕੀਨ ਖੁਦ 'ਤੇ ਤਿਆਰੀ ਖਿੱਚਦੇ ਨੇ ਉਹ ਹਾਰਦੇ ਨਹੀਂ ਹਰ ਹਾਲ ਜਿੱਤਦੇ ਨੇ। ਐਸੀ ਹੀ ਜਿੱਤ ਪ੍ਰਾਪਤ ਕੀਤੀ ਹੈ ਚਿੱਟੇ ਦੀ ਦਲਦਲ ਦੇ ਵਿੱਚ ਫਸੇ ਫਰੀਦਕੋਟ ਦੇ ਰਹਿਣ ਵਾਲੇ ਹਰਨੇਕ ਸਿੰਘ ਨਾਮ ਦੇ ਇਸ ਨੌਜਵਾਨ ਨੇ, ਜਿਸ 'ਤੇ ਅੱਜ ਸਿਰਫ ਉਸਦਾ ਪਰਿਵਾਰ ਹੀ ਨਹੀਂ ਸਗੋਂ ਹਰ ਕੋਈ ਮਾਣ ਕਰ ਰਿਹਾ। ਖੇਤਾਂ ਦੇ ਵਿੱਚ ਮਿਹਨਤ ਕਰਦੇ ਹਰਨੇਕ ਨੂੰ ਵੇਖ ਅੱਜ ਕੋਈ ਸੋਚ ਵੀ ਨਹੀਂ ਸਕਦਾ ਕਿ ਉਸਨੇ ਪਰਿਵਾਰ ਦੇ ਕਰੋੜਾਂ ਰੁਪਏ ਆਪਣੀ ਚਿੱਟੇ ਦੀ ਲੱਤ ਦੇ ਵਿੱਚ ਫੂਕ ਦਿੱਤੇ ਹੋਣਗੇ, ਪਰ ਇਹ ਸੱਚ ਹੈ। ਦਰਅਸਲ 8ਵੀਂ ਦੇ ਵਿੱਚ ਪੜ੍ਹਨ ਵਾਲੇ 17 ਸਾਲਾ ਹਰਨੇਕ ਸਿੰਘ ਨੂੰ ਉਸਦੇ ਦੋਸਤ ਨੇ ਨਸ਼ੇ ਦੀ ਐਸੀ ਲੱਤ ਲਾਈ ਕਿ ਉਸਨੇ ਸਿਗਰਟ ਤੋਂ ਸਿੱਧਾ ਚਿੱਟੇ ਦੇ ਟੀਕੇ ਲਾਉਣੇ ਸ਼ੁਰੂ ਕਰ ਦਿੱਤੇ। ਕਿਸੇ ਸਮੇਂ ਨੈਸ਼ਨਲ ਪੱਧਰ ਦੇ ਇਸ ਕਬੱਡੀ ਖਿਡਾਰੀ ਨੇ ਚਿੱਟੇ ਖਾਤਰ ਘਰ ਦੇ ਵਿਹੜੇ ਖੜ੍ਹੇ ਟਰੈਕਟਰ ਟਰਾਲੀ ਬੁਲਟ ਮੋਟਰਸਾਈਕਲ ਇੱਥੋਂ ਤੱਕ ਕਿ ਪਲਾਟ ਅਤੇ ਅਣਗਿਣਤ ਫੋਨ ਅਤੇ ਘਰ ਦੀ ਹਰ ਕੀਮਤੀ ਸ਼ੈ ਤੱਕ ਵੇਚ ਦਿੱਤੀ। ਪਰ 7 ਸਾਲ ਚਿੱਟੇ ਅਤੇ ਨਸ਼ਾ ਛਡਾਊ ਸੈਂਟਰਾਂ ਦੀ ਨਰਕ ਭਰੀ ਜ਼ਿੰਦਗੀ ਭੋਗਣ ਵਾਲੇ ਹਰਨੇਕ ਦੀ ਮਾਂ ਨੇ ਕਦੇ ਵੀ ਆਪਣੇ ਪੁੱਤ ਦਾ ਸਾਥ ਨਹੀਂ ਛੱਡਿਆ। ਇਸ ਨੂੰ ਇੱਕ ਮਾਂ ਦੀਆਂ ਦੁਆਵਾਂ ਜਾਂ ਪਰਮਾਤਮਾ ਦੀ ਮਿਹਰ ਕਹਿ ਲਵੋ ਕਿ ਅੱਜ ਹਰਨੇਕ ਪੂਰੀ ਤਰ੍ਹਾਂ ਦੇ ਨਾਲ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਆ ਚੁੱਕਾ। ਬੰਦੇ ਨੇ ਕਰਨਾ ਹੀ ਕਰਨਾ ਜੀ, ਕੀੜਾ ਹੈਗਾ ਉਹ। ਪਰ ਮੇਰੀ ਮਾਤਾ ਨੇ ਮੇਰੇ ਨਾਲ ਵਕਤ ਬਹੁਤ ਜ਼ਿਆਦਾ ਵੇਖਿਆ ਜੀ ਮਾੜਾ। ਮੈਂ ਸੈਂਟਰ 'ਚ ਹੁੰਦਾ ਸੀਗਾ ਜੀ, ਅਤੇ ਮੈਂ ਉੱਥੇ ਥੱਲੇ ਪੈਂਦਾ ਹੁੰਦਾ ਸੀ ਫਰਸ਼ 'ਤੇ। ਜਿੰਨਾ ਚਿਰ ਮੈਂ ਸੈਂਟਰ 'ਚ ਰਿਹਾ ਮੇਰੀ ਮਾਤਾ ਥੱਲੇ ਪੈਂਦੀ ਰਹੀ ਘਰੇ। ਬੈੱਡ ਤੋਂ ਉਹਨੇ ਥੱਲੇ ਵਿਛਾਉਣਾ, ਉਹਨੇ ਕਹਿਣਾ ਮੇਰਾ ਪੁੱਤ ਥੱਲੇ ਪਿਆ ਹੋਊਗਾ ਤਾਂ ਮੈਂ ਵੀ ਥੱਲੇ ਹੀ ਪਾਊਂਗੀ। ਇਸ ਤਰ੍ਹਾਂ ਦਾ ਉਹਨੇ ਵਕਤ ਗੁਜ਼ਾਰਿਆ ਜੀ। ਮੈਨੂੰ ਪਿਆਰ ਇੰਨਾ ਕੁ ਜ਼ਿਆਦਾ ਉਹ ਕਰਦੀ ਹੈ ਜੀ, ਅਤੇ ਉਹਨੇ ਇਕੱਲਾ ਇਕੱਲਾ ਜੀ ਸਾਡੇ ਘਰ ਦਾ ਉਹਨੂੰ ਬੁਲਾਉਣੋਂ ਹਟ ਗਿਆ ਵੀ ਤੂੰ ਇਹਦਾ ਸਾਥ ਦਿੰਦੀ ਹੈ ਵੀ ਛੱਡਦਾ ਤਾਂ ਹੈ ਨਹੀਂ ਨਸ਼ਾ। ਅਤੇ ਉਹਨੇ ਉਮੀਦ ਨਹੀਂ ਹਾਰੀ, ਉਹਨੇ ਆਖਿਆ ਸੀ ਵੀ ਇੱਕ ਦਿਨ ਇਹ ਬਹੁਤ ਵੱਡਾ ਬੰਦਾ ਬਣੂਗਾ ਅਤੇ ਇਹ ਨਸ਼ੇ ਤੋਂ ਵੀ ਬਾਹਰ ਆਜੂ। ਉਹਨੇ ਉਮੀਦ ਨਹੀਂ ਛੱਡੀ ਵੀ ਮੈਂ ਉਹਨੂੰ ਛੁਡਵਾ ਕੇ ਹੀ ਰਹਿਣਾ। ਉਹ ਇਸ ਤਰ੍ਹਾਂ ਕਹਿੰਦੀ ਸੀ ਵੀ ਨਸ਼ਾ ਇੱਕ ਬਿਮਾਰੀ ਆ ਅਤੇ ਇਹ ਪੇਸ਼ੈਂਟ ਆ, ਉਹ ਮੈਨੂੰ ਐਜ਼ ਆ ਪੇਸ਼ੈਂਟ ਡੀਲ ਕਰਦੀ ਰਹੀ ਹੈ ਜੀ। ਮੈਂ ਪੈਣਾ ਮੈਨੂੰ ਦੋ ਦੋ ਤਿੰਨ ਤਿੰਨ ਵਾਰੀ ਵੇਖ ਕੇ ਜਾਣਾ, ਦੁੱਧ ਦੇਣਾ, ਦਵਾਈ ਦੇਣੀ, ਸਭ ਕੁਛ ਉਹਨੇ ਮੈਨੂੰ ਮਾਤਾ ਨੇ ਮੇਰੀ ਨੇ ਪ੍ਰੋਵਾਈਡ ਮੈਨੂੰ ਬੈੱਡ 'ਤੇ ਕਰਨਾ ਵੀ ਪੁੱਤ ਜੇ ਕੋਈ ਚੀਜ਼ ਵੀ ਮੰਗਾਉਣੀ ਆ ਤਾਂ ਮੈਂ ਮੁੰਡੇ ਨੂੰ ਘੱਲ ਕੇ ਮੰਗਵਾ ਦਿੰਦੀ, ਪਰ ਤੂੰ ਬਾਹਰ ਨਹੀਂ ਜਾਣਾ। ਇੱਥੋਂ ਤੱਕ ਉਹਨੇ ਮੇਰਾ ਸਾਥ ਦਿੱਤਾ। ਬਸ ਆਪਦੀ ਆਪ ਕੋਈ ਤਰਕ ਵੱਜੀ ਉਹਨੂੰ, ਰੱਬ ਜਾਣੇ ਕੀ ਨਹੀਂ ਵੱਜੀ ਕੀ ਵੱਜੀ। ਅਸੀਂ ਇਹਦੇ ਕੋਲ ਰੋਂਦੇ ਵੀ ਹੁੰਦੇ ਸਾਂ, ਕੋਲ ਡਿੱਗਦੇ ਵੀ ਹੁੰਦੇ ਸਾਂ, ਬਹੁਤ ਕੁਛ ਅਸੀਂ ਕਰਦੇ ਰਹੇ। ਫਿਰ ਅਸੀਂ ਰੱਬ ਦਾ ਬੜਾ ਸ਼ੁਕਰ ਕਰਨਾ ਵੀ ਰੱਬਾ ਇਹਨੂੰ ਕਿਵੇਂ ਨਾ ਕਿਵੇਂ ਕੱਢ ਇਸ ਕੰਮ 'ਚੋਂ, ਰੱਬਾ ਕਿਵੇਂ ਨਾ ਕਿਵੇਂ ਕੱਢ। ਰੱਬ ਜਾਣੇ ਵੀ ਰੱਬ ਨੇ ਮੰਨੀ, ਇਹਨੇ ਆਪ ਵੀ ਬਹੁਤ ਕੋਸ਼ਟ, ਜਦੋਂ ਇਹਨੂੰ ਪਤਾ ਲੱਗ ਗਿਆ ਨਾ ਵੀ ਮੇਰੇ ਘਰਦਿਆਂ ਦੀ ਆਹ ਹਾਲਾਤ ਆ, ਫਿਰ ਇਹ ਕੁਛ ਮੁੜਨ ਲੱਗਾ। ਹੁਣ ਭਰੋਸਾ ਹੋ ਗਿਆ ਸਾਨੂੰ ਤਾਂ, ਹੁਣ ਭਰੋਸਾ। ਹਰਨੇਕ ਸਿੰਘ ਨੇ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਖੁਦ 'ਤੇ ਵਿਸ਼ਵਾਸ ਅਤੇ ਪੱਕਾ ਇਰਾਦਾ ਹੋਵੇ ਤਾਂ ਕਿਸੇ ਵੀ ਨਸ਼ੇ ਨੂੰ ਛੱਡਿਆ ਜਾ ਸਕਦਾ। ਹਰਨੇਕ ਨੇ ਆਪ ਤਾਂ ਨਸ਼ਾ ਛੱਡ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੀ ਹੈ, ਸਗੋਂ ਉਸਦਾ ਕਹਿਣਾ ਹੈ ਕਿ ਜੇਕਰ ਸਰਕਾਰ ਉਸਨੂੰ ਕਾਉਂਸਲਿੰਗ ਦੀ ਨੌਕਰੀ ਦਿੰਦੀ ਹੈ ਤਾਂ ਉਹ ਹੋਰਨਾਂ ਨੌਜਵਾਨਾਂ ਨੂੰ ਵੀ ਆਪਣੇ ਵਾਂਗ ਹੀ ਨਸ਼ੇ ਦੀ ਇਸ ਦਲਦਲ ਦੇ ਵਿੱਚੋਂ ਬਾਹਰ ਕੱਢ ਸਕਦਾ ਹੈ। ਲੋੜ ਹੈ ਸਰਕਾਰ ਵੀ ਹਰਨੇਕ ਵਰਗੇ ਨੌਜਵਾਨਾਂ ਦਾ ਪੂਰਾ ਸਾਥ ਦੇਵੇ ਤਾਂ ਜੋ ਉਹ ਗਲਤ ਰਾਹੇ ਪਏ ਨੌਜਵਾਨਾਂ ਨੂੰ ਸਹੀ ਰਸਤੇ ਲਿਆ ਸਕਣ, ਤਾਂ ਹੀ ਸੂਬੇ ਦੇ ਵਿੱਚ ਵਗਦੇ ਨਸ਼ੇ ਦੇ 6ਵੇਂ ਦਰਿਆ ਨੂੰ ਬੰਨ ਲਾਇਆ ਜਾ ਸਕਦਾ ਹੈ। ਫਰੀਦਕੋਟ ਤੋਂ ਜਗਤਾਰ ਦੁਸਾਂਝ ਦੀ ਰਿਪੋਰਟ, ਡੇਲੀ ਪੋਸਟ, ਪੰਜਾਬ, ਹਰਿਆਣਾ, ਹਿਮਾਚਲ।